अस्सलाम वालेकुम लेडीज एंड जेंटलमैन, आप देख रहे हैं हमारा कश्मीर। आज अस जा रहे हैं जनाब चौकी, तो एक कहस गुम्मे की रोड है। इस तरह तुसें आज अंडर रोड तकाने हैं, अंडर पास जड़ा है। इस रोड के बारे वो चार इंफॉर्मेशन आज चेक करा सा। अंदर जनाब का सुनने शॉर्टकट वीडियो बना चेक कराने कस दराल गगा जड़ी रोड है। ये रोड जा रही है चौकी वाली तरफ। ये कस है जनाब, इस कस ने पानी ने बारिश की गल की। अगर बारिश हो तो इस रोड के इस्तेमाल नहीं करना कुछ, क्योंकि बारिश बिच इसना पानी तीन चार फुट आई जाना, फिर गड्डी क्रॉसिंग नहीं होनी क्योंकि पुल नहीं है इतना। इस वजह न बारिशों वाले दिन इस रोड के इस्तेमाल नहीं कर। बाकी नजारा चेक करो, ब्यूटीफुल कश्मीर है सोना। ज्यादातर लोग इस रोड पर सफर कर रहे हैं, अक्सर गड्डिया इतों ही आनी जानी। ये आई है जनाब कस, जिसने बारे अगर गल की है कि बारिश हो गया तो फिर इतना पानी आई जाना, फिर क्रॉसिंग बंद हो जानी है, क्योंकि इस जगह उन्हें चार फुट पानी होना तकरीबन, तो फिर गड्डी बिचू लंघ नहीं सकनी, पार नहीं जानी। बारिशों थोड़ा परहेज करो। बाकी ये रास्ता फर्स्ट क्लास है, शॉर्टकट रास्ता है जंडाले चौकी समानी है। इस कस ने गल की है कि ये जड़ा ना पानी आई जाना, मतलब रोजाना नहीं रोटी नहीं, तो इतना पानी रेगुलर आ रहा। अगर बारिश हो बंद है तो तीन चार फुट पानी होना। बाकी है गड्डिया जा रही इतों दवा सट जा रही गड्डिया मीरपुर वाली तरफ तक, कुछ जड़िया इधर जा रही चौकी समानी जा रही। Thank you.
ਬੰਦੇ ਆਈਏ ਨੂੰ ਕੰਮ ਕਰਨੇ ਵਾਲੇ ਮਾਸ਼ਾਅੱਲਾ ਆ ਤੱਕ ਹੁਣ ਰੋਡ ਦੀ ਮੁਰੰਮਤ ਜਾਰੀ ਹੈ ਕਾਜ ਲੱਗ ਰਿਹਾ ਬਜਰੀ ਪ੍ਰੈਸ ਹੋ ਰਹੀ ਹੈ ਹਾਂਜੀ ਉਸਤਾਦ ਜੀ ਕੀ ਹਾਲ ਹੈ ਇਹ ਜਨਾਬ ਇਹ ਖਲਤੇ ਨੇ ਭਾਈ ਹੋਰ ਅਸਲਾਮ ਅਲੈਕਮ ਕੀ ਹਾਲ ਹੈ ਜਨਾਬ ਬੇਹਤਰੀਨ ਰੋਡ ਬਣਾਏ ਰਹੇ ਨੇ ਦੱਸਿਆ ਕਿ ਬੇਹਤਰੀਨ ਕੰਮ ਹੋ ਰਿਹਾ ਮਿਹਰਬਾਨੀ ਜਨਾਬ ਇਹ ਜੀ ਖੁਫੀਆ ਕੰਮ ਕਰ ਰਹੇ ਨੇ ਆਪਣੇ ਆਪ ਕੀ ਸ਼ੋਅ ਨੀ ਕਰਨਾ ਚਾਹੁੰਦੇ ਕਿ ਅਸਾਂ ਇਤਨਾ ਪਿਆਰਾ ਕੰਮ ਕਰਨੇ ਨੇ ਤੇ ਇਹ ਜ਼ਰਾ ਸ਼ਰਮ ਮਹਿਸੂਸ ਕਰਨੇ ਨੇ ਅਸੀਂ ਮਤਲਬ ਲੋਕਾਂ ਕੀ ਨਾ ਦੱਸਿਆ ਜਾਏ ਲੇਕਿਨ ਅਸਾਂ ਇਹਨਾਂ ਨੂੰ ਅਸੀਂ ਦੱਸਿਆ ਕਿ ਇਹ ਬੇਹਤਰੀਨ ਕੰਮ ਹੋ ਰਿਹਾ ਅਗਲੇ ਸ਼ਰਮਾਨੇ ਸਨ ਬਈ ਵੀਡੀਓ ਬਣ ਲਈ ਹੈ ਤੇ ਸਾਹਮਣੇ ਨਾ ਆਵੀਏ ਆਪਣੇ ਆਪ ਕੀ ਇਹ ਪਰਦੇ ਚ ਰੱਖਣਾ ਚਾਹੁੰਦੇ ਸੀ ਮਾਸ਼ਾਅੱਲਾ ਅੱਗੇ ਤੱਕ ਉਹ ਸੜਕ ਬੇਹਤਰੀਨ ਸਾਫ਼ ਸੁਥਰੀ ਸੜਕ ਹੈ ਮੁਰੰਮਤ ਕੀਤੀ ਹੈ ਔਰ ਕੰਮ ਜਾਰੀ ਹੈ ਫਿਲਹਾਲ ਕੰਮ ਜਾਰੀ ਹੈ ਕੰਮ ਤੇ ਜਦੋਂ ਮੈਂ ਅਸਾਂ ਆਪਣੇ ਚਾਰ ਪੰਜ ਸਾਲ ਆ ਰਹੇ ਲੱਗੇ ਨੇ ਕੰਮ ਰੋਜ਼ਾਨਾ ਨੀ ਬੁਨਿਆਦ ਕੰਮ ਕਰਨੇ ਇਹ ਜਨਾਬ ਦਰਹਾਲ ਵਾਲੀ ਰੋਡ ਜਿਸਨੇ ਉੱਪਰੋਂ ਅਸਾਂ ਜਾ ਰਹੇ ਹਾਂ ਅੱਜ ਚੌਕੀ ਵਾਲੀ ਤਰਫ ਅਤੇ ਇਹ ਰਸਤੇ 'ਚ ਬੇਹਤਰੀਨ ਇੱਕ ਨਲਕਾ ਵੀ ਲੱਗੇ ਆ ਬੰਦੇ ਪਾਣੀ ਪੀਣੇ ਨੇ ਇਸਨੇ ਜੋ ਇਹ ਜਨਵਾਰਾਂ ਵਾਸਤੇ ਬਣਤੀ ਹੈ ਪੁਰਲੀ ਟੈਪ ਹੈ ਪਾਣੀ ਹੈ ਮਸਜਿਦ ਬਣਤੀ ਹੈ ਨਮਾਜ਼ ਪੜ੍ਹਨੇ ਵਾਸਤੇ ਬੇਹਤਰੀਨ ਇਹਨਾਂ ਰਸਤੇ ਨਾਲ ਇੱਕ ਬਣਾਇਆ ਕਿ ਗੱਡੀਆਂ ਖਲਣ ਇੱਥੇ ਗੱਡੀ 'ਚ ਅਗਰ ਤੁਸਾਂ ਦੀ ਗੱਡੀ ਟੱਪ ਹੋਏਗੀ ਇਹ ਚੜ੍ਹਾਈ ਹੈ ਬਹੁਤ ਬੜੀ ਤੁਸੀਂ ਪਾਣੀ ਸ਼ਾਣੀ ਚੈੱਕ ਕਰੋ ਜਾਨਵਰਾਂ ਵਾਸਤੇ ਉਹਨਾਂ ਬਣਾਇਆ ਬੰਦੇ ਨੇ ਪਾਣੀ ਪੀਣ ਵਾਸਤੇ ਨਮਾਜ਼ ਪੜ੍ਹਨ ਵਾਸਤੇ ਤਾਂ ਲਿਹਾਜ਼ਾ ਥੋੜ੍ਹੇ ਹੁਣ ਸ਼ੀਸ਼ੇ ਦੱਸੋ ਜੀ ਰਮਾਨ ਸਾਹਿਬ ਥੋੜ੍ਹਾ ਥੋੜ੍ਹਾ ਧੂੜ ਪਈ ਨਹੀਂ ਹੈ ਤਿੰਨ ਚਾਰ ਦਿਨ ਬਾਰਿਸ਼ ਹੋਈ ਹੈ ਤਾਂ ਹੁਣ ਗੱਡੀ ਨਿਕਲੀ ਨਹੀਂ ਸ਼ੁਰੂ ਹੋ ਲਈ ਹੈ ਇਹ ਹੈ ਚੈੱਕ ਕਰੋ ਹਲਕਾ ਹਲਕਾ ਥੋੜ੍ਹਾ ਸਾਫ਼ ਕਰੀ ਲਵੋ ਕੋਈ ਨਜ਼ਰ ਠੀਕ ਆ ਵਾ ਅੱਗੇ ਉੱਪਰ ਦੱਸੋ ਜੀ ਬੰਦਿਆਂ ਦੀ ਇਹ ਪਹਾੜੀ ਇਲਾਕਾ ਜਰਾ ਦਰਸ਼ਨ ਕਰਾਓ ਨਾ ਕਸ਼ਮੀਰ ਪਾਣੀ ਜ਼ਿਆਦਾ ਜ਼ਾਇਆ ਵੀ ਨਹੀਂ ਕਰਨਾ ਤੇ ਲੋਟੇ ਨੀ ਸੁਨਤ ਨੇ ਨਾਲ ਬਾਹਰ ਕੱਢਣਾ ਇੱਧਰ ਸਰਦੀਆਂ ਜਿੱਥੇ ਪਾਣੀ ਬਹੁਤ ਕਮ ਯੂਜ਼ ਹੋਣਾ ਤੇ ਗਰਮੀਆਂ 'ਚ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਹਾਂਜੀ ਤੱਕੋ ਹਾਂ ਅੱਗੇ ਨਾਲੋਂ ਬਿਹਤਰ ਹੋ ਗਈ ਹੈ ਲਸ਼ ਹੋਈ ਹੈ ਥੋੜ੍ਹੀ ਚਮਕਣੀ ਪਈ ਹੈ ਪਾਪਾ ਅਗਰ ਵੀਡੀਓ ਬਣਾਉਂਦੇ ਨਾ ਫਿਰ ਸ਼ੀਸ਼ੇ 'ਚ ਵੀ ਕੈਮਰਾ ਰੱਖਣਾ ਪੈਣਾ ਕੋਈ ਧੂੜ ਸ਼ੂੜ ਨਜ਼ਰ ਨਾ ਆਵੇ ਸੋਨਾ ਕਲੀਨ ਹੋਇਆ ਵਾ ਖਾਤਾ ਚੈੱਕ ਕਰੋ ਹੁਣ ਰਮਾਨ ਸਾਹਿਬ ਠੀਕ ਹੈ ਵੀਡੀਓ ਬਣ ਸੀ ਬੇਹਤਰੀਨ ਹੈ ਕਿ ਤਿਆਰ ਨਹੀਂ ਧੋਣ ਉਹਨੇ ਗੰਦੀ ਬੜੀ ਹੈ ਇਹਦਾ ਤਾਂ ਅੱਗੇ ਵੀ ਚੀਕੜ ਆ ਲਈ ਗੁੰਮੇ ਵਾਲੀ ਲਿੰਕ ਰੋਡ ਤੋਂ ਬਾਹਰ ਨਿਕਲਣ ਲੱਗਿਆ ਮੈਂ ਰੋਡ ਹਾਈਵੇ ਆਈ ਗਿਆ
ਪੀਰ ਗਲੀ ਤੋਂ ਜਿਹੜਾ ਜਾਣਾ ਸੁਮਾਨੀ ਇਹ ਮੈਂ ਰੋਡ 9 ਕਿਲੋਮੀਟਰ ਇਹ ਰਸਤਾ ਹਾਲੇ ਕੰਪਲੀਟ ਕਰਨੇ ਪੈਣੀ ਸੀ ਆਸਤਾ ਆਸਤਾ ਲੱਗੇ ਨੇ ਸੜਕ ਬਣਨੀ ਪਈ ਇਹ ਵੀ ਬਾਰਿਸ਼ ਹੋਵੇ ਤਾਂ ਇੱਧਰ ਵੀ ਗੱਡੀਆਂ ਤਾਂ ਬਾਰਿਸ਼ ਜਿਸ ਟਾਈਮ ਹੋ ਜਾਵੇ ਨਾ ਤਾਂ ਫਿਰ ਸਮਝੋ ਕਿ ਪੂਨੇ ਤੱਕ ਗੱਡੀ ਆ ਸਕਣੀ ਹੈ ਇਸ ਸਾਈਡ ਤੋਂ ਵੈਸੇ ਕਲੋਜ਼ ਹੈ ਇਹ ਹਾਲੇ ਸਿਰਫ ਮਿੱਟੀ ਪਈ ਨਹੀਂ ਹੈ ਇਸਨੇ ਬਾਰਿਸ਼ ਹੋਣੇ ਨਾਲੇ ਸਾਰਾ ਚਿੱਕੜ ਬਣੀ ਜਾਣਾ ਗਾਰਾ ਫਿਰ ਗੱਡੀਆਂ ਪੂਨੇ ਤੱਕ ਹੀ ਆਉਣੀਆਂ ਭਾਈ ਜੀ ਤੇ ਉਧਰੋਂ ਦੂਮਾ ਰਸਤਾ ਹੈ ਪੀਰ ਗਲੀ ਵਾਲਾ ਜਿਹੜਾ ਸੁਮਾਨੀ ਦਾ ਚੌਕੀ ਆਉਣਾ ਹੈ ਲੇਕਿਨ ਇਹ ਰਸਤਾ ਬੰਦ ਹੋਈ ਜਾਣਾ ਲੇਕਿਨ ਇਸ ਹੁਣ ਚੜਾਈ ਹੋਵੇ ਤਰਾਈ ਹੋਵੇ ਫਿਰ ਜ਼ਿਆਦਾ ਗਾਰਾ ਹੋਇਆ ਹੋਵੇ ਗੱਡੀ ਨਾ ਚੜ੍ਹਨੀ ਹੈ ਤੇ ਨਾ ਲੈਣੀ ਲੱਗੇ ਹਨ ਕੰਮ ਸੜਕ ਉੱਪਰ ਤਕਰੀਬਨ ਕੋਈ 6 ਮਹੀਨੇ ਲੱਗੇ ਸਨ ਥੋੜ੍ਹੀ ਦਿਨ 6 ਮਹੀਨੇ ਹੋ ਗਏ ਅਤੇ ਤਕਰੀਬਨ 6 ਹੋਰ ਲੱਗ ਸਕਦੇ ਸਾਰੀ ਚੀਜ਼ ਕੰਪਲੀਟ ਹੋ ਗਈ ਅਸਾਂ ਜੰਡਾਲਾ ਪੁੱਜੀ ਆਏ ਹਾਂ ਇਹ ਜੰਡਾਲਾ ਬਾਹਰ ਹੈ ਅਸਾਂ ਮਾਰਕੀਟ ਕਰ ਸਾਂ ਥੋੜ੍ਹੀ ਜਿਹੀ ਫਿਰ ਇੱਥੋਂ ਨਿਕਲ ਸਾਂ ਕਿ ਜਨਾਬ ਚੌਕੀ ਦੀ ਤਰਫ ਹੈ ਇਹ ਜੰਡਾਲਾ ਬਾਜ਼ਾਰ ਹੈ ਗਲੈਕਸੀ ਵਾਲੀ ਦੁਕਾਨ ਹੈ ਪਰ ਫਸਟ ਦੁਕਾਨ ਗਲੈਕਸੀ ਮੋਬਾਈਲ ਬੈਠੇ ਹੋਏ ਖਾਣਾ ਖਾ ਰਹੇ ਜਾਲ ਭਾਈ ਉਹ ਦੇਖੇ ਟਾਟਾ ਤੇਰੇ